ਰੇਲਵੇ ਸਟੇਸ਼ਨ ਤੇ ਕਰੋੜਾਂ ਦੇ ਸੋਨੇ ਦੀ ਲੁੱਟ ਨੂੰ ਲੈ ਕੇ ਹੋਰ ਵੱਡੇ ਖੁਲਾਸੇ ਹੋਏ ਨੇ ਤੇ ਕਈ ਹੋਰ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਅਕਸਰ ਅਪਰਾਧੀ ਇਹ ਸੋਚਦੇ ਨੇ ਕਿ ਉਹ ਜੁਰਮ ਕਰਕੇ ਬਚ ਨਿਕਲਣਗੇ, ਪਰ ਕਾਨੂੰਨ ਦੇ ਹੱਥ ਨੇ ਲੰਬੇ ਨੇ ਕਿ ਸਭ ਫੜੇ ਜਾਣਗੇ। ਰੇਲਵੇ ਸਟੇਸ਼ਨ ਦੇ ਉੱਤੋਂ 2.25 ਕਰੋੜ ਦਾ ਜੋ ਸੋਨਾ ਪੁਲਿਸ ਨੇ ਬਰਾਮਦ ਕੀਤਾ ਸੀ ਉਹ ਲੁੱਟ ਦਾ ਸੋਨਾ ਸੀ, ਤਾਂ ਉਸੇ ਹੀ ਮਾਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗ੍ਰਿਫਤਾਰੀ ਵੀ ਹੋਈ ਸੀ। ਹੁਣ ਇੱਥੇ ਸਾਹਮਣੇ ਆ ਰਿਹਾ ਹੈ ਕਿ ਇਸ ਲੁੱਟ ਦੇ ਵਿੱਚ ਸਿਰਫ ਪੁਲਿਸ ਮੁਲਾਜ਼ਮ ਹੀ ਨਹੀਂ ਬਲਕਿ ਇੱਕ ਪਿੰਡ ਦਾ ਸਰਪੰਚ ਵੀ ਰਲਿਆ ਹੋਇਆ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸਦੇ ਇੱਕ ਸਾਥੀ ਨੂੰ ਵੀ ਕਾਬੂ ਕੀਤਾ ਹੈ। 3 ਗ੍ਰਿਫਤਾਰੀਆਂ ਇਸ ਮਾਮਲੇ 'ਚ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਹੈ, ਦੂਜਾ ਸਰਪੰਚ ਹੈ ਤੇ ਤੀਸਰਾ ਉਹਨਾਂ ਦਾ ਸਾਥੀ, ਜਦਕਿ ਅਜੇ ਵੀ 2 ਲੋਕ ਫਰਾਰ ਨੇ ਜਿਨ੍ਹਾਂ ਦੀ ਤਲਾਸ਼ ਪੁਲਿਸ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਲੈ ਕੇ ਜਦੋਂ ਪੁੱਛ ਪੜਤਾਲ ਹੋਏਗੀ ਤਾਂ ਫਿਰ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਕਿ ਆਖਿਰ ਜਿਨ੍ਹਾਂ ਅਪਰਾਧੀਆਂ ਨੂੰ ਫੜਿਆ ਗਿਆ ਹੈ ਉਹ ਹੋਰ ਕਿਹੜੇ ਕਿਹੜੇ ਅਪਰਾਧ ਕਰ ਚੁੱਕੇ ਨੇ, ਇਸ ਤੋਂ ਪਹਿਲਾਂ ਕਿੰਨੀਆਂ ਲੁੱਟਾਂ ਕੀਤੀਆਂ ਨੇ ਤੇ ਹੋਰ ਕਿਹੜੇ ਮੁਲਾਜ਼ਮ ਜਾਂ ਸਰਪੰਚ ਇਸ ਵਿੱਚ ਰਲੇ ਹੋਏ ਨੇ। ਇਹ ਮਾਮਲਾ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ ਸੀ, ਜਿੱਥੇ 2.25 ਕਰੋੜ ਦਾ ਸੋਨਾ ਪੁਲਿਸ ਨੇ ਬਰਾਮਦ ਕੀਤਾ ਸੀ ਜੋ ਕਿ ਲੁੱਟ ਦਾ ਸੀ। ਪੁਲਿਸ ਵਰਦੀ ਵਿੱਚ ਆਏ ਲੁਟੇਰਿਆਂ ਦੇ ਵੱਲੋਂ ਇਹ ਸੋਨਾ ਲੁੱਟਿਆ ਗਿਆ ਸੀ। ਪੁਲਿਸ ਦੇ ਵੱਲੋਂ ਉਸੇ ਵੇਲੇ ਹੀ ਟਰੈਕ ਲਗਾ ਕੇ ਇੱਕੋ ਦਿਨ ਦੇ ਵਿੱਚ ਸੋਨਾ ਤਾਂ ਬਰਾਮਦ ਕਰ ਲਿਆ ਸੀ, ਪਰ ਮੁਲਜ਼ਮ ਭੱਜ ਨਿਕਲੇ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਹੁਣ 2 ਹੋਰ ਲੁਟੇਰੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸਰਪੰਚ ਹੈ ਤੇ ਇੱਕ ਸਰਪੰਚ ਦਾ ਸਾਥੀ ਹੈ। ਇਹ ਸਰਪੰਚ ਪਿੰਡ ਰਾਏਪੁਰ ਦਾ ਦੱਸਿਆ ਜਾ ਰਿਹਾ ਹੈ, ਜੋ ਕਿ ਫਾਜ਼ਿਲਕਾ ਦੇ ਵਿੱਚ ਹੈ। ਨਾਲ ਹੀ ਇਸਦੇ ਸਾਥੀ, ਜਿਸ ਦੀ ਪਛਾਣ ਨਿਸ਼ਾਂਤ ਸਿੰਘ ਵਜੋਂ ਹੋਈ ਹੈ ਤੇ ਇਹ ਵੀ ਪਿੰਡ ਸਰਾਵਾ ਬੋਦਲਾ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਫਿਲਹਾਲ ਪੁਲਿਸ ਇਹਨਾਂ ਦਾ ਰਿਮਾਂਡ ਹਾਸਲ ਕਰੇਗੀ ਤੇ ਫਿਰ ਪੁੱਛ ਪੜਤਾਲ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ। ਸੰਗਰੂਰ ਸੋਨਾ ਲੁੱਟ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਵਿੱਚ ਇੱਕ ਸਰਪੰਚ ਤੇ ਇੱਕ ਹੋਰ ਪਿੰਡ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ। ਹੁਣ ਤੱਕ 3 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਇੱਕ ਪੁਲਿਸ ਦਾ ਕਰਮਚਾਰੀ SHO ਮੇਰੇ ਨਾਲ ਨੇ ਗੱਲਬਾਤ ਕਰਦੇ ਆ। ਯਦਵਿੰਦਰ ਬਾਈ, ਕੀ ਕਾਰਵਾਈ ਹੁਣ ਤੱਕ ਹੋਈ ਹੈ ਸੋਨਾ ਲੁੱਟ ਮਾਮਲੇ ਦੇ ਵਿੱਚ? ਕਿੰਨੀਆਂ ਗ੍ਰਿਫਤਾਰਾਂ ਹੋਈਆਂ ਨੇ ਤੇ ਹੁਣ ਲੇਟੈਸਟ 2 ਬੰਦੇ ਕੌਣ ਗ੍ਰਿਫਤਾਰ ਕੀਤੇ ਨੇ? ਬਿਲਕੁਲ ਜੀ, ਕੁਛ ਦਿਨ ਪਹਿਲਾਂ ਸੰਗਰੂਰ ਤੋਂ ਜੋ 4.25 ਕਿਲੋ ਦੇ ਕਰੀਬ ਸੋਨਾ ਖੋਹ ਹੋਇਆ ਸੀ, ਉਹ ਬਠਿੰਡਾ ਪੁਲਿਸ ਨੇ ਬੜੀ ਮਸਤੈਦੀ ਨਾਲ ਕਾਰਵਾਈ ਕਰਦੇ ਹੋਏ ਬੰਦੇ ਅਰੈਸਟ ਕਰ ਲਏ ਸੀਗੇ। ਇੱਕ ਉਹਦੇ ਵਿੱਚ ਪਹਿਲਾਂ ਮੁਲਾਜ਼ਮ ਸੀ ਜੋ ਉਹ ਅਰੈਸਟ ਹੋਇਆ ਸੀ ਤੇ ਤਕਰੀਬਨ ਆਲਮੋਸਟ ਸਾਰੇ ਦਾ ਸਾਰਾ ਸੋਨਾ ਰਿਕਵਰ ਹੋ ਗਿਆ ਸੀ। ਹੁਣ ਉਸੇ ਕਾਰਵਾਈ ਨੂੰ ਚੱਲਦੇ ਹੋਏ CIA 2 ਦੀ ਟੀਮ ਦੇ ਨਾਲ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 2 ਦੋਸ਼ੀ ਹੋਰ ਅਰੈਸਟ ਕਰ ਲਏ ਹੈਗੇ ਆ, ਜਿਸ ਦੇ ਵਿੱਚੋਂ ਇੱਕ ਜੈਰਾਮ ਸਿੰਘ ਸਰਪੰਚ ਹੈਗੇ ਪਿੰਡ ਰਾਏਪੁਰ ਦੇ ਤੇ ਦੂਸਰਾ ਨਿਸ਼ਾਨ ਸਿੰਘ ਜਿਹੜੇ ਸਰਾਵਾਂ ਬੋਦਲਾ ਮੁਕਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਆ, ਉਹ ਦੋਨੋਂ ਦੋਸ਼ੀ ਗ੍ਰਿਫਤਾਰ ਕਰ ਰਿਹਾ। ਉਹਨਾਂ ਤੋਂ ਪੁੱਛਦਾ ਜਾਰੀ ਆ, ਕੋਸ਼ਿਸ਼ ਕਰ ਰਿਹਾ ਉਹਨਾਂ ਤੋਂ ਰਿਮਾਂਡ ਲੈ ਕੇ ਹੋਰ ਕਿਸੇ ਗਤੀਵਿਧੀਆਂ 'ਚੋਂ ਇਨਵੋਲਵ ਸੀਗੇ ਜਾਂ ਨਹੀਂ ਹੈਗੇ, ਕਿਵੇਂ ਪਲੈਨਿੰਗ ਹੋਈ, ਸਾਰੀ ਚੀਜ਼ ਨੂੰ ਕਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਕਿੰਨੇ ਲੋਕਾਂ ਦੀ ਗ੍ਰਿਫਤਾਰੀ 3 ਦੀ ਹੋ ਗਈ, 2 ਰਹਿ ਗਏ ਨੇ, ਕੀ ਲੱਗਦਾ ਹੈ ਬੰਦਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ? ਬਿਲਕੁਲ ਜੀ, ਜਿਵੇਂ ਜਿਵੇਂ ਤਫਤੀਸ਼ ਚੱਲੂਗੀ, ਹੋ ਸਕਦਾ ਇਹਦੇ ਵਿੱਚ ਕੋਈ ਹੋਰ ਬੰਦੇ ਵੀ ਇਨਵੋਲਵ ਹੋਣ, ਕਿਸੇ ਨੇ ਰੈਕੀ ਕੀਤੀ ਹੋਵੇ, ਉਹ ਚੀਜ਼ਾਂ ਸਾਰੀਆਂ ਇਨ ਪ੍ਰੋਸੈਸ ਹੈਗੀਆਂ, ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆਂ। ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਈ ਜਾਣਗੀਆਂ ਆਪ ਜੀ ਨੂੰ ਅਪਡੇਟ ਕੀਤਾ ਜਾਊਗਾ। ਤੁਹਾਡਾ ਸੁਰਾਗ ਕਿਵੇਂ ਲੱਗਿਆ? ਸੋਨੇ ਦੀ ਲੁੱਟ ਉੱਥੇ ਹੁੰਦੀ ਹੈ ਸੰਗਰੂਰ ਦੇ ਵਿੱਚ, ਬਠਿੰਡਾ ਪੁਲਿਸ ਫੜ ਲੈਂਦੀ ਹੈ, ਸੋਨਾ ਵੀ ਰਿਕਵਰ ਹੋ ਜਾਂਦਾ ਹੈਗਾ, ਕਿਸ ਤਰ੍ਹਾਂ? ਬਿਲਕੁਲ ਜੀ, ਜਦੋਂ ਤੋਂ ਸਾਡੇ ਹੁਣ ਨਵੇਂ SSP ਸ਼੍ਰੀ ਹਰਮਨਵੀਰ ਸਿੰਘ ਗਿੱਲ IPS ਆਏ ਹੈਗੇ ਆ, ਉਹਨਾਂ ਨੇ ਫੀਲਡ ਵਿੱਚ ਬੜੀ ਪੋਸਟਿੰਗਸ ਕੀਤੀਆਂ ਹੈਗੀਆਂ। ਤਕਰੀਬਨ ਬਹੁਤ ਜ਼ਿਆਦਾ ਪੁਲਿਸ PCR ਦੀ ਫੋਰਮ ਦੇ ਵਿੱਚ ਜਾਂ ਥਾਣਿਆਂ ਦੀ ਫੋਰਮ ਦੇ ਵਿੱਚ ਥਾਣੇ 'ਚ ਸਾਨੂੰ ਅਵੇਲੇਬਲ ਹੈਗੀ, ਇਸ ਕਰਕੇ ਹਰ ਟਾਈਮ ਪੁਲਿਸ ਫੀਲਡ 'ਚ ਰਹਿੰਦੀ ਆ। ਜਿਵੇਂ ਸਾਨੂੰ ਉੱਥੋਂ ਫੋਰਸ ਇਨਫੋਰਮੇਸ਼ਨ ਮਿਲੀ ਕਿ ਸੰਗਰੂਰ ਤੋਂ ਇੰਨਾ ਸੋਨਾ ਖੋਹ ਹੋਇਆ, ਸਾਰੀ ਦੇ ਸਾਰੇ ਡਿਸਟ੍ਰਿਕਟ ਦੇ ਜੋ ਪੁਲਿਸ ਸਟੇਸ਼ਨ ਸੀ ਉਹ ਸਾਰੀ ਫੋਰਸ ਜਦੋਂ ਫੀਲਡ 'ਚ ਆਈ ਤਾਂ ਸਾਨੂੰ ਇੱਕ 26 ਗੱਡੀਆਂ ਰਾਊਂਡ ਅਪ ਕਰਨੀਆਂ ਸ਼ੁਰੂ ਕੀਤੀਆਂ, ਤਾਂ ਉੱਥੋਂ ਇਹ ਸਾਰਾ ਪ੍ਰੋਸੈਸ ਕਰੈਕ ਹੋਇਆ ਅਤੇ ਅਸੀਂ ਬੰਦਿਆਂ ਨੂੰ ਆਈਡੈਂਟੀਫਾਈ ਕਰ ਸਕੇ ਅਤੇ ਉਹਨਾਂ ਨੂੰ ਅੱਗੇ ਅਰੈਸਟ ਕਰ ਸਕੇ ਅਤੇ ਰਿਕਵਰੀ ਕਰ ਸਕੇ। ਬਿਲਕੁਲ, ਇੰਸਪੈਕਟਰ ਯਾਦਵਿੰਦਰ ਨੇ ਦੱਸ ਰਿਹਾ ਕਿ ਕਿਸ ਤਰ੍ਹਾਂ ਪੂਰੇ ਦਾ ਪੂਰਾ ਮਾਮਲਾ ਕਰੈਕ ਕੀਤਾ ਗਿਆ। ਗ੍ਰਿਫਤਾਰੀ ਇੱਕ ਤੋਂ ਇੱਕ ਬਾਅਦ ਹੋ ਰਹੀ ਹੈ, 3 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ, ਜਿਸ ਦੇ ਵਿੱਚ ਇੱਕ ਪਹਿਲਾ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ, ਇੱਕ ਸਰਪੰਚ ਕੀਤਾ ਗਿਆ ਅਤੇ ਤੀਜੀ ਹੋਰ ਗ੍ਰਿਫਤਾਰੀ ਪਿੰਡ ਦੇ ਯੁਵਕ ਦੀ ਹੋਈ ਆ। ਹਾਲਾਂਕਿ 2 ਲੋਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ, ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦੀ ਹੀ ਇਹਨਾਂ ਦੀ ਵੀ ਗ੍ਰਿਫਤਾਰੀ ਕੀਤੀ ਜਾਏਗੀ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।